ਵੀ ਫਿਰ हां जी वीरे ਸਤਿ ਸ੍ਰੀ ਅਕਾਲ ਰਾਮ ਬਾਈ ਨਾਲ ਸੋਹੀ ਵੀਰੇ ਜਿਵੇਂ ਕਿ ਗੱਲ ਆਏ ਸੀਗੀ ਹਨਾ ਵੀਰੇ ਇਹ ਜਿਹੜਾ 83 ਦਾ ਦਰਦ ਆ ਉਹ ਤਾਂ ਹਮੇਸ਼ਾ ਆਪਣੇ ਦਿਲਾਂ 'ਚ ਰਹੂਗਾ ਹੀ ਰਹੂਗਾ ਉਹ ਅੱਜ ਨਹੀਂ ਅੱਜ ਤੋਂ 100 ਸਾਲ ਵਾਲੀਆਂ ਪੀੜ੍ਹੀਆਂ 'ਚ ਵੀ ਰਹੂਗਾ ਉਹ ਕਦੇ ਨਹੀਂ ਨਿਕਲੂਗਾ ਇਹ ਪੰਜਾਬੀ ਕਮਿਊਨਿਟੀ ਇਹੋ ਜੀ ਕਮਿਊਨਿਟੀ ਆ ਪੂਰੀ ਦੁਨੀਆ ਆਪਾਂ ਨੂੰ ਮੰਨਦੀ ਆ ਵੀ ਹਾਂ ਇਹ ਆਪਦੇ ਦੁਸ਼ਮਣ ਨੂੰ ਕਈ ਕਈ 100 ਸਾਲ ਤੱਕ ਨਹੀਂ ਭੁੱਲਦੇ ਤੇ ਅਸੀਂ ਆਪਣੇ ਵੀਰ ਜੀ ਨੂੰ ਅਸੀਂ ਇਹ ਸਾਰੀ ਸਟੋਰੀ ਸੁਣਾਈ ਤੇ ਵੀਰ ਜੀ ਕਹਿੰਦੇ ਜ਼ਰੂਰ ਆਪਾਂ ਨੇ ਇਹ ਕਨਸੈਪਟ ਬਣਾਉਣਾ ਫਿਰ ਵੀਰ ਜੀ ਨੇ ਅੱਗੇ ਸਾਰਾ ਡਾਇਲੌਗ ਸਾਰਾ ਕੁਝ ਵੀਰੇ ਹੋਣਾ ਨੇ ਜਿਹੜਾ ਅੱਗੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂਗੇ ਜਗਤਾ ਭਗਤ ਦਾ ਸੀਰੀਜ਼ ਆ ਰਹੀ ਹੈ ਵੈਬ ਸੀਰੀਜ਼ ਆ ਯੂਟਿਊਬ ਤੇ ਤੁਹਾਨੂੰ ਸੋਹੀ ਬਾਈ ਹੋਰ ਸਾਰੇ ਇਹਨਾਂ ਦੇ ਸਟਾਰ ਕਾਸਟ ਨਾਲ ਜਿਹੜੇ ਮੇਨ ਨੇ ਸਾਰਿਆਂ ਨਾਲ ਤੁਹਾਨੂੰ ਮਿਲਾਵਾਂਗੇ ਅੱਜ ਇੰਟਰਵਿਊ ਕਰਾਂਗੇ ਆਪਾਂ ਉਰੇ ਬਾਈ ਦੇ ਫਾਰਮ ਹਾਊਸ ਤੇ ਆਏ ਹੋਏ ਤੇ ਉਰੇ ਇੰਟਰਵਿਊ ਕਰਾਂਗੇ ਤੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਪੂਰਾ ਸਵਾਦ ਆਊਗਾ ਦੇਖਿਓ ਤੇ ਸੀਰੀਜ਼ ਪੂਰੀ ਯਾਰ ਐਂਡ ਆਈ ਲਾ ਕੋਕੀ ਲੱਗਣਗੇ ਬਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਿੱਤਰੋ ਤੇ ਬਹੁਤ ਸੋਹਣੇ ਬਲੌਗ ਬਣਾਉਂਦਾ ਬਾਈ ਤੇ ਰਾਮ ਸਿੱਧੂ ਚੈਨਲ ਤੇ ਜਾ ਕੇ ਦੇਖੋ ਤੇ ਅੱਜ ਬਾਈ ਆਪਣੇ ਕੋਲ ਆਏ ਹੋਏ ਨੇ ਪਟਿਆਲੇ ਅਸੀਂ ਪਹੁੰਚਣ ਦੇ ਬਾਈਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸੋਹੀ ਸਾਹਿਬ ਤੇ ਬਾਈ ਹੋਰਾਂ ਦੀ ਸੀਰੀਜ਼ ਆ ਰਹੀ ਹੈਗੀ ਬਹੁਤ ਸੋਹਣਾ ਕੰਮ ਕਰਿਆ ਪੁਰਾਣਾ ਪੰਜਾਬ ਦਿਖਾਇਆ ਗਿਆ ਹੈਗਾ ਤੇ ਸਿਰਾ ਕਰਵਾਇਆ ਹੋਇਆ ਹੈਗਾ ਇੱਕ ਵਾਰ ਰਿਲੀਜ਼ਿੰਗ ਡੇਟ ਤੇ ਚੈਨਲ ਦਾ ਨਾਮ ਜ਼ਰੂਰ ਦੱਸ ਦਿਓ ਜੀ ਹਾਂਜੀ ਵੀਰੇ ਆਪਣਾ ਯੂਟਿਊਬ ਤੇ ਅਫੀਸ਼ੀਅਲ ਚੈਨਲ ਹੈ ਗਿੰਦੂ ਨਾਗਰਾ ਕਿੱਟੂ ਜੈਲਦਾਰ ਠੀਕ ਹੈ ਜੀ 7 ਸਤੰਬਰ ਨੂੰ ਆਪਣਾ ਪਹਿਲਾ ਐਪੀਸੋਡ ਆ ਜਾਣਾ ਤੇ 7-8 ਐਪੀਸੋਡ ਨੇ ਬਾਕੀ ਅੱਗੇ ਵੀਕ ਵਾਈਜ਼ ਹਫਤੇ ਬਾਅਦ ਆਈ ਜਾਣੇ ਨੇ ਠੀਕ ਹੈ ਸੋ ਸਾਰੇ ਜਣੇ ਸਪੋਰਟ ਕਰਿਓ ਵੱਧ ਤੋਂ ਵੱਧ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਪਿੱਛੇ ਤੁਸੀਂ ਪੋਸਟਰ ਦੇਖ ਸਕਦੇ ਹੋਗੇ ਤੇ ਆ ਪਿੱਛੇ ਪੋਸਟਰ ਨੇਗੇ ਤੇ ਆਜ ਹੁਣ ਕਰਦੇ ਇੰਟਰਵਿਊ ਸ਼ੁਰੂ ਉਹ ਪਿੱਛੇ ਕੈਮਰਾ ਬੜੀ ਦੂਰ ਲਾਇਆ ਸੀ ਬਣਾਵਾਂਗੇ ਫਿਰ ਕੀ ਹੋਇਆ ਜੀ ਅਸੀਂ ਇਹਨਾਂ ਨੂੰ ਬੁਲਾਇਆ ਵੀ ਕੀ ਆ ਜਿੰਨਾ ਇਹਨਾਂ ਨੇ ਦੱਸਿਆ ਅਤੇ ਉਹ ਫਿਰ ਅਸੀਂ ਵੀਰੇ ਪੂਰੀ ਸਟੋਰੀ ਲਿਖੀ ਉਹਦਾ ਸਕਰੀਨ ਪਲੇ ਲਿਖਿਆ ਇਕੱਲਾ ਡਾਇਲੋਗ ਲਿਖਿਆ ਪ੍ਰੋਪਰ ਤਿਆਰ ਕਰਕੇ ਬਸ ਫਿਰ ਆਪਣਾ ਬਿਲਕੁਲ ਜੇ ਆਪਾਂ ਗੱਲ ਕਰੀਏ ਅੱਜ ਕੱਲ੍ਹ ਦੇ ਟਾਈਮ 'ਚ ਨਾ ਲੋਕ ਯੂਟਿਊਬ 'ਤੇ ਵੀਡੀਓਜ਼ ਪਾਉਂਦੇ ਨੇ ਜਿਹੜੀਆਂ ਕੋਈ ਕਾਮੇਡੀ ਪਾਉਂਦਾ ਕੋਈ ਕਿਵੇਂ ਤਰ੍ਹਾਂ ਦੀਆਂ ਪਾਉਂਦਾ ਹੈ ਨਾ ਤੁਸੀਂ ਇਹ ਇੱਕ ਬਹੁਤ ਵੱਖਰਾ ਜਿਹਾ ਟੋਪਿਕ ਚੂਜ਼ ਕਰਿਆ ਹੈਗਾ ਜਿਹੜੇ ਟੋਪਿਕ ਨੂੰ ਲੈ ਕੇ ਮੈਨੂੰ ਲੱਗਦਾ ਰਿਸਕ ਬਹੁਤ ਅੱਜ ਦੇ ਟਾਈਮ 'ਚ ਹੈ ਨਾ ਕੋਈ ਲੋਕ ਕਿਉਂਕਿ ਬਹੁਤ ਘੱਟ ਲੋਕ ਇਹਨੂੰ ਦੇਖਣਾ ਪਸੰਦ ਕਰਨਗੇ ਜੇ ਇੱਕ ਪਾਸਾ ਲੈ ਕੇ ਚੱਲੀਆ ਪਰ ਤੁਸੀਂ ਕਿਵੇਂ ਸੋਚਿਆ ਵੀ ਆਪਾਂ ਇਹੀ ਟੋਪਿਕ ਚੂਜ਼ ਕਰੀਏ ਉਹ ਵੀਰੇ ਗੱਲ ਜਿਵੇਂ ਕਿ ਗੱਲ ਆਏ ਸੀਗੀ ਹੈ ਨਾ ਵੀਰੇ ਇਹ ਜਿਹੜਾ 83 ਦਾ ਦਰਦ ਆ ਉਹ ਤਾਂ ਹਮੇਸ਼ਾ ਆਪਣੇ ਦਿਲਾਂ 'ਚ ਰਹੂਗਾ ਹੀ ਰਹੂਗਾ ਉਹ ਅੱਜ ਨਹੀਂ ਅੱਜ ਤੋਂ 100 ਸਾਲ ਵਾਲੀਆਂ ਪੀੜ੍ਹੀਆਂ 'ਚ ਵੀ ਰਹੂਗਾ ਉਹ ਕਦੇ ਨਹੀਂ ਨਿਕਲੂਗਾ ਇਹ ਪੰਜਾਬੀ ਕਮਿਊਨਿਟੀ ਇਹੋ ਜਿਹੀ ਕਮਿਊਨਿਟੀ ਆ ਪੂਰੀ ਦੁਨੀਆ ਆਪਾਂ ਨੂੰ ਮੰਨਦੀ ਆ ਵੀ ਹਾਂ ਇਹ ਆਪਦੇ ਦੁਸ਼ਮਣ ਨੂੰ ਕਈ 100 ਸਾਲ ਤੱਕ ਨਹੀਂ ਭੁੱਲਦੇ ਤੇ ਅਸੀਂ ਨਹੀਂ ਵੀ ਭੁੱਲਾਂਗੇ ਕਿਉਂ ਸਾਡਾ ਜਿਹੜਾ ਘਾਣ ਕੀਤਾ ਗਿਆ ਜਵਾਨੀ ਦਾ ਉਹ ਅਸੀਂ ਕਦੇ ਵੀ ਨਹੀਂ ਭੁੱਲਾਂਗੇ ਉਹ ਹਮੇਸ਼ਾ ਸਾਡੀਆਂ ਰਗਾਂ 'ਚ ਬੋਲਦਾ ਰਹੂਗਾ ਅਤੇ ਇਹ ਜ਼ਿੰਦਗੀ ਦੇ ਵਿੱਚ ਐਂ ਸੀਗਾ ਵੀ ਹਾਂ ਅੱਜ ਅਸੀਂ ਇਹ ਚੀਜ਼ ਕਰ ਸਕਦੇ ਹਾਂ ਚਲੋ ਚੱਲਣਾ ਨਾ ਚੱਲਣਾ ਉਹ ਅਕਾਲ ਪੁਰਖ ਦੇ ਹੱਥ ਹੁੰਦਾ ਗੱਲ ਜਿਹੜੇ ਬੇਕਸੂਰ ਨੌਜਵਾਨ ਸੀ ਕੋਈ ਆਪਣਾ ਕਾਲਜ ਗਿਆ ਕੋਈ ਖੇਤ ਗਿਆ ਜਾਂ ਕੋਈ ਪੱਠੇ ਲੈਣ ਜਾਂ ਕੋਈ ਪਾਣੀ ਲਾਣ ਮਤਲਬ ਪੁਲਿਸ ਨੇ ਬੇਕਸੂਰ ਨੌਜਵਾਨ ਜਿਹੜੇ ਮਾਰੇ ਨੇ ਇਹ ਬੇਸਿਕਲੀ ਉਹਨਾਂ ਦੇ ਆਧਾਰਿਤ ਸਟੋਰੀ ਹੈ ਅੱਛਾ ਜੀ ਹਾਂਜੀ ਵੀ ਕਿਵੇਂ ਉਸ ਟਾਈਮ ਦੀ ਪੁਲਿਸ ਨੇ ਬੇਕਸੂਰ ਨੌਜਵਾਨਾਂ ਦਾ ਘਾਣ ਕਰਿਆ ਤੇ ਬਾਈ ਜੀ ਸਟੋਰੀ ਇਹ ਫਿਰ ਲਿਖੀ ਕਿਹਨੇ ਆਈਡੀਆ ਕਿਹਦੇ ਮਾਈਂਡ 'ਚ ਆਇਆ ਵੀ ਆਪਾਂ ਇਹ ਕਨਸੈਪਟ ਲੈ ਕੇ ਚੱਲੀਏ ਇਹ ਵੀਰੇ ਮੈਂ ਤੇ ਜਗਮੀਤ ਮੀਨਜ਼ ਕਿ ਅਸੀਂ ਰਾਤ ਨੂੰ ਹੀ ਬੈਠੇ ਸੀਗੇ ਠੰਡ ਜੀ ਦਾ ਟਾਈਮ ਆ ਉਦੋਂ ਅਸੀਂ
ਦੋਨਾਂ ਨੇ ਇਹ ਕਨਸੈਪਟ ਬਣਾਇਆ ਅਤੇ ਅਸੀਂ ਫਿਰ ਸਾਡੇ ਘਰ ਖੰਡਪਾੜ ਸਾਹਿਬ ਸੀ, ਜੱਗੀ ਕਰੌੜ ਵੀਰ ਆਇਆ ਹੋਇਆ ਸੀ, ਕਿੱਟੂ ਜੈਲਦਾਰ ਗਿੰਦੂ ਨਾਗਰਾ ਵੀਰਾ ਅਤੇ ਸਾਰੇ ਭਰਾ ਆਏ ਹੋਏ ਸੀਗੇ ਅਤੇ ਉੱਥੇ ਆਪਣੇ ਵੀਰ ਜੀ ਨੂੰ ਅਸੀਂ ਇਹ ਸਾਰੀ ਸਟੋਰੀ ਸੁਣਾਈ ਅਤੇ ਵੀਰ ਜੀ ਕਹਿੰਦੇ ਜ਼ਰੂਰ ਆਪਾਂ ਨੇ ਇਹ ਕਨਸੈਪਟ ਬਣਾਉਣਾ। ਫਿਰ ਵੀਰ ਜੀ ਨੇ ਅੱਗੇ ਸਾਰਾ ਡਾਇਲੋਗ ਸਾਰਾ ਕੁਛ ਵੀਰੇ ਹੋਣਾ ਨੇ ਜਿਹੜਾ ਅੱਗੇ। ਹਾਂਜੀ ਵੀਰੇ, ਮਤਲਬ ਕਿ ਸਾਰਾ ਆਪਣਾ ਟੀਮ ਵਰਕ ਹੀ ਹੈ ਜਿਹਨੇ ਦੱਸਿਆ ਅਤੇ ਮੈਂ ਸਾਰੀ ਲਿਖੀ ਅਤੇ ਸਕਰੀਨ ਪਲੇ ਆਪਣਾ ਵੀਰਾ ਨਰਿੰਦਰ ਭਿੰਡਰ ਹੈ ਅਤੇ ਆਪਣਾ ਕੈਮਰਾ ਵੀ ਕਰਦਾ ਵੀਰਾ, ਡਾਇਰੈਕਸ਼ਨ ਵੀ ਕਰਦਾ। ਬਹੁਤ ਘੈਂਟ ਕੰਮ ਆ ਬਾਈ ਦਾ, ਅੱਜ ਮਜਬੂਰੀ ਕਾਰਨ ਕਿਸੇ ਉਹ ਆਪਣੇ ਕੋਲ ਆ ਨਹੀਂ ਸਕੇ ਅਤੇ ਉਹਨਾਂ ਨੇ ਵੀ ਡਾਇਲੋਗ ਦੱਸੇ। ਆਪਣਾ ਗਿੰਦੂ ਨਾਗਰਾ ਵੀਰ ਹੈ, ਉਹਨਾਂ ਦਾ ਵੀ ਸਹਿਯੋਗ ਆ ਜੋ ਸਕਰੀਨ ਪਲੇ ਬਣਾਇਆ ਆਪਾਂ ਨੇ, ਡਾਇਲੋਗ ਬਣਾਏ ਅਤੇ ਲਿਖੀ ਸਾਰੀ ਮੈਂ ਹਾਂ ਜੀ, ਅਤੇ ਬਾਕੀ ਆਪਣਾ ਡਾਇਰੈਕਟ ਕੀਤੀ ਆ ਬਾਈ ਨਰਿੰਦਰ ਭਿੰਡਰ ਅਤੇ ਆਪਣਾ ਮੈਂ ਜੀ, ਅਤੇ ਹੋਰ ਬਿਲਕੁਲ। ਇੱਕ ਇਹ ਹੁੰਦਾ ਕਿ ਇੱਕ ਯੂਟਿਊਬਰ ਨਾ ਜੋ ਵੀ ਸ਼ੋਰਟ ਮੂਵੀ ਸ਼ੂਟ ਕਰਦੇ ਹੈਗੇ ਉਹ ਬਹੁਤ ਲੋਅ ਬਜਟ ਦੀਆਂ ਹੁੰਦੀਆਂ ਹੈ ਨਾ, ਜੇ ਆਪਾਂ ਗੱਲ ਕਰੀਏ ਤਾਂ। ਤੁਸੀਂ ਇਹ ਜਦੋਂ ਸ਼ੁਰੂ ਕਰਨ ਲੱਗੇ ਵੈਬ ਸੀਰੀਜ਼, ਬਹੁਤ ਪ੍ਰੋਫੈਸ਼ਨਲੀ ਸ਼ੂਟ ਕੀਤੀ ਹੋਈ ਹੈ, ਸਾਰਾ ਕੰਮ ਬਹੁਤ ਪ੍ਰੋਫੈਸ਼ਨਲ ਕੀਤਾ, ਤਾਂ ਜਦੋਂ ਸ਼ੁਰੂ ਕਰਨੀ ਸੀ ਮਨ 'ਚ ਇਹ ਡਰ ਤਾਂ ਨਹੀਂ ਸੀ ਯਾਰ ਆਪਾਂ ਪੰਗਾ ਤਾਂ ਲੈ ਰਹੇ, ਇਹਨੂੰ ਪੂਰ ਕਿਵੇਂ ਚੜਾਵਾਂਗੇ ਆਪਾਂ? ਨਹੀਂ ਨਹੀਂ ਵੀਰੇ, ਇੱਦਾਂ ਦਾ ਕੁਛ ਨਹੀਂ, ਕਿਉਂਕਿ ਸਾਨੂੰ ਐਂ ਸੀ ਵੀ ਕੁਛ ਅਲੱਗ ਕਰਨਾ ਅਤੇ ਵਧੀਆ ਕਰਨਾ। ਅਸੀਂ ਇਹ ਚੀਜ਼ ਨਹੀਂ ਸੋਚਿਆ ਸੀ ਵੀ ਆਪਾਂ ਕੋਈ ਬਜਟ ਇੰਨਾ ਕੁ ਰੱਖ ਕੇ ਚੱਲੇ ਹਾਂ ਜਾਂ ਇਹ ਚੀਜ਼ਾਂ ਕਰਨੀਆਂ ਨੇ, ਕਿਉਂਕਿ ਫਿਰ ਉਹ ਚੀਜ਼ ਨਾਲ ਇਨਸਾਫ ਨਹੀਂ ਸੀ ਹੋਣਾ। ਬਿਲਕੁਲ, ਸਾਨੂੰ ਐਂ ਸੀ ਵੀ ਜਿਹੜੀ ਜਿਹੜਾ ਸ਼ੋਟ ਜਿਹੜੀ ਚੀਜ਼ਾਂ ਮੰਗਦਾ ਅਸੀਂ ਪ੍ਰੋਪਰਲੀ ਉਵੇਂ ਕਰੀਏ। ਦੇਖੋ ਅਸੀਂ ਆਪਣੇ ਵੱਲੋਂ 100% ਦੇਣ ਦੀ ਕੋਸ਼ਿਸ਼ ਕੀਤੀ ਆ, ਚਲੋ ਫਿਰ ਵੀ ਕਮੀਆਂ ਰਹਿ ਜਾਂਦੀਆਂ ਨੇ ਉਹ ਅਗਲੀ ਵਾਰ ਪੂਰੀ ਕਰਾਂਗੇ। ਇੱਦਾਂ ਦਾ ਅਸੀਂ ਕੁਛ ਨਹੀਂ ਸੋਚਿਆ, ਸਾਨੂੰ ਐਂ ਸੀ ਵੀ ਸਾਡੀ ਜਿਹੜੀ ਚੀਜ਼ ਲਿਖੀ ਹੋਈ ਆ ਉਵੇਂ ਹੀ ਬਣਾਉਣੀ ਆ, ਵੀ ਉਹਦੇ ਨਾਲ ਇਨਾਏ ਹੋਵੇ, ਵੀ ਉਹ ਪ੍ਰੋਪਰ ਉਵੇਂ ਵਧੀਆ ਬਣੇ, ਐਂ ਨਾ ਹੋਵੇ ਵੀ ਆਪਾਂ ਪੈਸੇ ਕਰਕੇ ਬਜਟ ਕਰਕੇ ਵੀ ਉਹ ਸੀਨ ਨੂੰ ਵੀ ਨਹੀਂ ਯਾਰ ਇੱਦਾਂ ਕਰਕੇ ਇੱਦਾਂ ਕਰ ਦਿਓ, ਛੱਡ ਦਿਓ ਜਾਂ ਘੱਟ ਕਰ ਲਓ, ਉਹ ਅਸੀਂ ਬਿਲਕੁਲ ਨਹੀਂ ਕਰਿਆ। ਚਾਹੇ ਇੱਕ ਦਿਨ 'ਚ ਇੱਕ ਸੀਨ ਹੁੰਦਾ ਸੀ ਤਾਂ ਅਸੀਂ ਇੱਕੇ ਸੀਨ ਲੈਂਦੇ ਸੀ ਵੀ ਜਦ ਤੱਕ ਉਹ ਪ੍ਰੋਪਰ ਨਹੀਂ ਸੀ ਆਉਂਦਾ, ਐਂ ਨਹੀਂ ਸੀ ਹੈਗਾ ਵੀ ਯਾਰ ਕੱਟ ਕਰ ਦਿਓ ਕੋਈ ਨਹੀਂ ਆਪਣਾ ਟਾਈਮ ਖਰਾਬ ਹੋ ਰਿਹਾ ਜਾਂ ਆਪਾਂ ਜਦੋਂ ਤੱਕ ਆਪਾਂ ਨੂੰ ਸੈਟੀਸਫੈਕਸ਼ਨ ਨਹੀਂ। ਜਗਤਾਰ ਵੀਰੇ, ਤੁਸੀਂ ਪੁੱਛਿਆ ਹੈ ਨਾ ਵੀ ਤੁਸੀਂ ਉਹ ਕਿਉਂ ਕਰਿਆ, ਇਹਦਾ ਇੱਕ ਰੀਜ਼ਨ ਹੋਰ ਵੀ ਆ ਵੀ ਲੋਕ ਕਿਉਂ ਨਹੀਂ ਕਰਦੇ, ਹੈ ਨਾ ਜੀ, ਅਤੇ ਬਈ ਉਹ ਡਰਦੇ ਨੇ, ਹੈ ਨਾ, ਉਹਨਾਂ ਨੂੰ ਐਂ ਹੁੰਦਾ ਜੇ ਅਸੀਂ ਇੱਦਾਂ ਦਾ ਕਰੀਏ ਤਾਂ ਸਾਡੇ ਵਿਊ ਨਹੀਂ ਆਉਣਗੇ, ਸਾਨੂੰ ਹੈ ਨਾ ਪੈਸਾ ਨਹੀਂ ਆਊਗਾ। ਮੈਂ ਪਰ ਹਾਂਜੀ ਹਾਂਜੀ ਲੋਕਾਂ ਨੂੰ ਵਿੱਚ ਬਹੁਤਿਆਂ ਨੂੰ ਨਾ ਵਿਊਆਂ ਤੱਕ ਹੀ ਮਤਲਬ ਆ, ਤੁਸੀਂ ਇਹ ਚੀਜ਼ ਨਹੀਂ ਸੋਚਿਆ ਯਾਰ ਆਪਾਂ ਨੂੰ ਵਿਊ ਨਹੀਂ ਆਉਣੇ ਜੇ ਆਪਾਂ ਇਹ ਟੌਪਿਕ ਚੂਜ਼ ਕਰਦੇ ਹਾਂ, ਦੂਜੀਆਂ ਵੀਡੀਓਜ਼ ਨਾਲੋਂ ਕਿਤੇ ਘੱਟ ਨਾ ਜਾਣ, ਮਨ 'ਚ ਡਰ ਨਹੀਂ ਸੀ ਕੋਈ? ਨਹੀਂ ਨਹੀਂ ਵੀਰੇ, ਸਾਨੂੰ ਤਾਂ ਖੁਸ਼ੀ ਸੀ ਵੀ ਅਸੀਂ ਆਪਣਾ ਜੋ ਸਾਡਾ ਇਤਿਹਾਸ ਆ, ਹੈ ਨਾ, ਅਤੇ ਵੀ ਉਹ ਦਿਖਾ ਰਹੇ ਹਾਂ ਕਿ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਪਤਾ ਲੱਗੂਗਾ ਵੀ ਸਾਡੇ ਜਿਵੇਂ 84 'ਚ ਅਟੈਕ ਹੋਇਆ, ਉਸ ਤੋਂ ਬਾਅਦ ਵੀ ਸਾਡੇ ਪੰਜਾਬ 'ਤੇ ਕੀ ਰਿਹਾ, ਉਹ ਕਾਲਾ ਦੌਰ, ਹੈ ਨਾ, ਵੀ ਕੀ ਬੀਤਿਆ ਵੀ ਪਤਾ ਲੱਗੂਗਾ ਨੌਜਵਾਨਾਂ ਨੂੰ। ਸਾਨੂੰ ਇਹ ਬਣਾ ਕੇ ਖੁਸ਼ੀ ਹੋਈ, ਇੱਦਾਂ ਦਾ ਸਾਨੂੰ ਕੋਈ ਉਹ ਨਹੀਂ ਸੀ, ਵਿਊ ਦਾ ਕੋਈ ਚੱਕਰ ਨਹੀਂ ਵੀਰੇ, ਅਸੀਂ ਪਹਿਲਾਂ ਵੀ ਅੱਜ ਤੱਕ ਸਾਡਾ ਚੈਨਲ ਦੇਖ ਲਓ, ਕੋਈ ਇੱਦਾਂ ਦਾ ਸ਼ਬਦ ਨਹੀਂ ਯੂਜ਼ ਕਰਦੇ, ਕੋਈ ਇੱਦਾਂ ਦਾ ਸ਼ੋਰਟ ਨਹੀਂ ਹੁੰਦਾ ਸਾਡਾ ਵੀ ਜਿਹੜਾ ਕੋਈ ਇਤਰਾਜ਼ਯੋਗ ਹੋਵੇ ਜਾਂ ਕੁਛ ਵੀ, ਹਮੇਸ਼ਾ ਫੈਮਲੀ ਵੀਡੀਓ ਬਣਾਈਆਂ ਨੇ ਅਤੇ ਅੱਗੇ ਵੀ ਹਮੇਸ਼ਾ ਬਣਾਉਂਦੇ ਰਹਾਂਗੇ, ਅਸੀਂ ਉਹ ਚੀਜ਼ ਤੋਂ ਪੋਹਾਂ ਦੂਰ ਅੱਜ ਕੱਲ੍ਹ ਨਹੀਂ, ਤੁਹਾਨੂੰ ਪਤਾ ਹੀ ਹੈ ਵੀਰੇ, ਵਿਊ ਲਈ ਵਿੱਚ ਬਹੁਤੇ ਲੋਕ ਨਾ ਵਿਊਜ਼ ਵਾਸਤੇ, ਹੈ ਨਾ, ਕੀ ਕਰਦੇ ਆ ਕਿ ਵੀਡੀਓ ਕੁਛ ਹੋਰ ਹੁੰਦੀ ਆ, ਥੰਬਨੇਲ ਬਹੁਤ ਗੰਦੇ ਤਰੀਕੇ ਦਾ ਲਾਉਂਦੇ ਆ ਅਤੇ ਉੱਤੇ ਵਰਡਿੰਗ ਇਹੀ ਜਿਹੀ ਲਿਖਦੇ ਆ ਵੀ ਜਿਹੜਾ ਦੇਖ, ਮੈਂ ਕਹਿੰਦਾ ਕਿਸੇ ਆਪਣੇ ਫੈਮਿਲੀ ਮੈਂਬਰ ਦੇ ਸਾਹਮਣੇ ਆਪਾਂ ਉਹ ਚੀਜ਼ ਖੋਲ ਲਈਏ ਤਾਂ ਆਪਾਂ ਨੂੰ ਆਪ ਨੂੰ ਸ਼ਰਮ ਆਉਣੀ। ਬਿਲਕੁਲ ਵੀਰੇ, ਹੈਰਾਨੀ ਆ, ਮੈਂ ਤਾਂ ਆਪ ਸੋਚਦਾ, ਮੈਂ ਕਮੈਂਟ ਵੀ ਕਰਦਾ ਹੁੰਦਾ ਜਿਹੜੇ ਬੰਦੇ ਇੱਦਾਂ ਕਰਦੇ ਨੇ, ਪਰ ਹੁੰਦਾ ਕੀ ਆ ਕਮੈਂਟ ਡਿਲੀਟ ਕੀਤਾ ਜਾਂਦਾ ਬਈ ਉਹ, ਮੈਂ ਹਰ ਇੱਕ ਨੂੰ ਕਰਦਾ ਜਿਹੜੇ ਵੀ ਐਂ ਕਰਦੇ ਨੇ, ਜਿਹੜੇ ਗਲਤ ਨੇ, ਹੈ ਨਾ, ਸਹੀਆਂ ਨੂੰ ਆਪਾਂ ਹੱਲਾਸ਼ੇਰੀ ਵੀ ਦਿੰਦੇ ਹਾਂ ਵੀ ਬਹੁਤ ਵਧੀਆ ਵੀਰੇ ਪ੍ਰਾਊਡਾ ਤੋਂ ਕੰਮ ਕੀਤਾ, ਪਰ ਉਹ ਡਿਲੀਟ ਕਰ ਦਿੰਦੇ ਨੇ ਬਈ, ਪਤਾ ਨਹੀਂ ਉਹਨਾਂ ਦੀ ਸੋਚ ਕੀ ਆ, ਹੈ ਨਾ, ਵੀ ਉਹ ਪਤਾ ਨਹੀਂ ਫੈਮਿਲੀ ਸਾਰਿਆਂ ਦੀ ਹੁੰਦੀ ਆ, ਰਿਸ਼ਤੇਦਾਰ ਹੁੰਦੇ ਨੇ, ਬੱਚੇ ਹੁੰਦੇ ਨੇ, ਵੀ ਉਹ ਕੀ ਸੋਚ ਕੇ ਇੱਦਾਂ ਦੀ ਬਣਾਉਂਦੇ ਨੇ ਵੀਰੇ, ਉਹ ਵਿਊ ਲੈ ਸਕਦੇ ਨੇ ਪਰ ਉਹ ਇੱਜ਼ਤ ਨਹੀਂ ਲੈ ਸਕਦੇ ਹੈਗੇ, ਕਿਉਂਕਿ ਉਹ ਕਿਤੇ ਵੀ ਬਾਜ਼ਾਰ 'ਚ ਖੜੇ ਹੋਣਗੇ, ਜੇ ਤੁਸੀਂ ਵਧੀਆ ਕੰਮ ਕੀਤਾ ਹੋਊਗਾ ਬੰਦਾ ਤੁਹਾਡੇ ਕੋਲ ਆਊਗਾ, ਆ ਕੇ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਊਗਾ, ਹਾਲ ਚਾਲ ਪੁੱਛੂਗਾ, ਵੀਰੇ ਬਹੁਤ ਸੋਹਣਾ ਕੰਮ ਕੀਤਾ। ਜਿਹੜੇ ਇੱਦਾਂ ਦੇ ਨੇ ਬਈ ਆ, ਤੁਸੀਂ ਕਹਿ ਰਹੇ ਹੋ ਥੰਬਨੇਲ ਕੁਛ ਹੋਰ ਹੁੰਦਾ, ਲਿਖਿਆ ਕੁਛ ਹੋਰ ਹੁੰਦਾ, ਉਹ ਦੂਰ ਦੀ ਜਾਂਦੇ ਹੁੰਦੇ ਨੇ, ਅਗਲਾ ਪਹਿਲਾਂ ਗਾਲ ਕੱਢਦਾ ਉਹਨਾਂ ਨੂੰ ਵੀ ਆਹ ਦੇਖੋ ਉਹ ਫਿਰਦੇ ਨੇ, ਇਹਨਾਂ ਨੇ ਐਂ ਗੰਦ ਪਾਇਆ, ਵੀ ਉਹ ਇੱਕ ਮਜ਼ਾਕ ਦਾ ਪਾਤਰ ਨੇ, ਇੱਜ਼ਤ ਨਹੀਂ ਰਹਿੰਦੀ ਵੀਰੇ, ਇੱਜ਼ਤ ਜ਼ਰੂਰੀ ਆ, ਪੈਸਾ ਜ਼ਰੂਰੀ ਨਹੀਂ ਹੈਗਾ, ਬਾਕੀ ਉਹਨਾਂ ਲਈ ਪੈਸਾ ਜ਼ਰੂਰੀ ਆ, ਸਾਨੂੰ ਐਂ ਆ ਵੀ ਸਾਡੇ ਲਈ ਇੱਜ਼ਤ ਜ਼ਰੂਰੀ ਹੈ ਵੀ ਲੋਕ ਸਾਡੇ ਤੇ ਪ੍ਰਾਊਡ ਕਰਨ ਵੀ ਹਾਂ ਯਾਰ ਇਹ ਸਾਫ ਸੁਥਰਾ ਕੰਮ ਕਰਦੇ ਨੇ, ਤੇ ਬਾਬੇ ਦੀ ਕਿਰਪਾ ਨਾਲ ਵੀਰੇ ਆਪਾਂ ਕਰਦਾ ਵੀ ਸਾਫ ਸੁਥਰਾ ਹੀ। ਬਿਲਕੁਲ ਜੀ, ਬਿਲਕੁਲ ਵਧੀਆ ਸਾਫ ਸੁਥਰਾ ਕੰਮ ਹੀ ਕਰਿਆ, ਬਾਕੀ ਵੀਰੇ ਆਪਣੇ ਕਿੱਟੂ ਵੀਰ ਨੇ ਅੱਜ ਤੱਕ ਕਦੇ ਵੀ ਨਹੀਂ ਕੁਛ ਮਾੜਾ ਕਰਿਆ ਵੀ, ਤਾਂ ਜੋ ਕਿ ਵੀ ਆਉਣੇ ਵਾਲੇ ਬਾਈ ਦੀਆਂ ਪੀੜ੍ਹੀਆਂ ਨੂੰ ਜਾਂ ਕੋਈ ਕੁਛ ਕਹਿ ਸਕੇ ਜਾਂ ਪਿਛਲੀਆਂ ਨੂੰ ਕਹਿ ਸਕੇ, ਇਹ ਬਾਈ ਦਾ ਆਪਾਂ ਨੂੰ ਦਿਲੋਂ ਸਲੂਟ ਆ ਬਾਈ ਨੂੰ। ਬਾਕੀ ਵੀਰੇ ਉਹ ਵੀ ਗੱਲ ਆ, ਬਾਕੀ ਇਹ ਕਿੱਟੂ ਵੀਰੇ ਮੂੰਹ ਤੇ ਸਿਫਤ ਮਾੜੀ ਹੁੰਦੀ ਆ, ਇਹ ਇਨਸਾਨ ਦੀਆਂ ਤੁਸੀਂ ਜਿੰਨੀਆਂ ਸਿਫਤਾਂ ਕਰੋਗੇ ਥੋੜੀਆਂ ਨੇ, ਆਪਣਾ ਜੱਗੀ ਖਰੌੜ ਵੀਰ ਆ ਆਪਣਾ,
ਤੇ ਵੀਰਾ ਬਾਈ ਦੀ ਇੰਨੀ ਕੁ ਜ਼ਿਆਦਾ ਹਰੇਕ ਇਨਸਾਨ ਬਾਈ ਦੀ ਪਟਿਆਲੇ ਦੇ ਵਿੱਚ ਵੀਰੇ ਬੰਦੇ ਦਾ ਇੱਕ ਅੱਡ ਰੁਤਬਾ ਤੇ ਅੱਡ ਨਾਮ ਆ ਤੇ ਉਹ ਰਹੂਗਾ ਵੀ ਬਿਲਕੁਲ ਤੇ ਬਾਕੀ ਵੀਰੇ ਉਹ 84 ਬਾਰੇ ਪਹਿਲਾਂ ਤੋਂ ਆਪਾਂ ਵੀਰੇ ਬੋਲੇ ਵੀ ਹੈ ਕਠੋਕ ਕੇ ਹੁਣ ਤੱਕ ਐਵੇਂ ਨਹੀਂ ਗੱਲ ਵੀਰੇ ਅਸੀਂ ਕਨਸੈਪਟ ਸ਼ੁਰੂ ਕੀਤਾ ਸਾਨੂੰ ਫੋਨ ਵੀ ਆਏ ਨੇ ਇਹ ਵੀ ਨਹੀਂ ਗੱਲ ਉਹ ਵੀ ਬਹੁਤ ਚੀਜ਼ਾਂ ਸਹੀਆਂ ਵੀ ਨੇ ਅਸੀਂ ਇਹ ਚੀਜ਼ ਨੂੰ ਸਟਾਰਟ ਕਰਕੇ ਹੁਣ ਵੀ ਵੀਰੇ ਮੈਂ ਦੱਸਦਾ ਆਪਣਾ ਕੱਲ੍ਹ ਟ੍ਰੇਲਰ ਆਇਆ ਉੱਥੇ ਵੀ ਕੁਛ ਕਮੈਂਟ ਇੱਦਾਂ ਦੇ ਆਏ ਨੇ ਲੋਕਾਂ ਨੇ ਲਿਖਿਆ ਵੀ ਇਹ ਸਮਾਂ ਬਹੁਤ ਔਖਾ ਲੰਘਿਆ ਤੁਸੀਂ ਕਿਉਂ ਇਹ ਸਮੇਂ ਨੂੰ ਬਸ ਵੀਰੇ ਐਂ ਸੀ ਵੀ ਸਾਡਾ ਨਾਂ ਤਾਂ ਹੁਣ ਐਂ ਸੀਗਾ ਵੀ ਆਪਾਂ ਇੰਨੇ ਕੀ ਲਾਉਣੇ ਨੇ ਹਨਾ ਐਂ ਸੀ ਵੀ ਆਪਾਂ ਇੰਨਾ ਕੁ ਜਿਵੇਂ ਜਿਵੇਂ ਲਿਖਿਆ ਹੋਇਆ ਉਵੇਂ ਉਵੇਂ ਸ਼ੂਟ ਕਰਨਾ ਆਪਣਾ ਵੀ ਜਿੰਨੇ ਕੁ ਲੱਗੀ ਜਾਵਾਂਗੇ ਆਪਾਂ ਲਾਵਾਂਗੇ ਪੈਸੇ ਪੂਸੇ ਵਾਲੀ ਕੋਈ ਪ੍ਰੋਬਲਮ ਨਹੀਂ ਸੀ ਐਂ ਨਹੀਂ ਸੀ ਹੈਗਾ ਵੀ ਆਪਾਂ ਕਿਸੇ ਚੀਜ਼ ਨੂੰ ਪੈਸੇ ਕਰਕੇ ਘੱਟ ਕਰ ਦਾਂਗੇ ਜਾਂ ਵੱਧ ਕਰ ਦਾਂਗੇ ਆਪਾਂ ਨੂੰ ਐਂ ਸੀ ਜੋ ਆਪਾਂ ਆਪਣੇ ਦਿਮਾਗ 'ਚ ਆਪਾਂ ਸਕਰੀਨ ਪਲੇ ਬਣਾਇਆ ਜੋ ਡਾਇਲੋਗ ਲਿਖੇ ਨੇ ਜਾਂ ਜਿੱਥੇ ਜਿੱਥੇ ਸ਼ੂਟ ਲਿਖਿਆ ਉਵੇਂ ਉਵੇਂ ਹੀ ਕੀਤਾ ਵੀਰੇ ਬਾਬੇ ਦੀ ਕਿਰਪਾ ਨਾਲ ਕੋਈ ਪ੍ਰੋਬਲਮ ਨਹੀਂ ਆਈ ਸਾਰੇ ਭਾਈਆਂ ਨੇ ਸਾਥ ਦਿੱਤਾ ਜਿੱਥੇ ਵੀ ਸ਼ੂਟ ਕਰਿਆ ਨਾਲ ਦੇ ਘਰ ਦੇ ਕਹਿੰਦੇ ਵਧੀਆ ਚੀਜ਼ ਬਣਾ ਰਹੇ ਨੇ ਮੁੰਡੇ ਚਾਹ ਆਉਂਦੀ ਸੀ ਰੋਟੀ ਵੀ ਉਹਨਾਂ ਨੇ ਖਵਾਈ ਆਪ ਬਿਲਕੁਲ ਪੂਰਾ ਪ੍ਰਬੰਧ ਹੁੰਦਾ ਜੀ ਲਓ ਜੀ ਠੰਡਾ ਪੀ ਲਓ ਜੀ ਅੱਜ ਥੱਕ ਗਏ ਤੁਸੀਂ ਬਹਿ ਜਾਓ ਏਸੀ 'ਚ ਨਹੀਂ ਜੇ ਆਪਾਂ ਕੋਈ ਹੋਰ ਵੀਡੀਓ ਕਰੀਏ ਅਗਲਾ ਕਹਿੰਦਾ ਕਰੋ ਯਾਰ ਆਪਣਾ ਕੰਮ ਠੀਕ ਆ ਕੋਈ ਲਵੇ ਨਹੀਂ ਆਉਂਦਾ ਪਰ ਇਹ ਚੀਜ਼ ਉਹਨਾਂ ਨੇ ਇੰਨੀ ਵਧੀਆ ਤੁਸੀਂ ਹਾਂ ਬਾਈ ਇੱਕ ਚੀਜ਼ ਦੱਸਦਾ ਆਪਣਾ ਸ਼ੂਟ ਸੀਗਾ ਉਰੇ ਸਵਾਜਪੁਰ ਉੱਥੋਂ ਇੱਕ ਅੰਕਲ ਸੀ ਆਪਾਂ ਉਹਨਾਂ ਦੇ ਘਰੇ ਸ਼ੂਟ ਕਰ ਰਹੇ ਸੀ ਰਾਤ ਨੂੰ ਹਨਾ ਤੇ ਤੁਹਾਨੂੰ ਪਤਾ ਹੀ ਹੈ ਸ਼ੂਟ ਕਰਦੇ ਟਾਈਮ ਲੱਗ ਜਾਂਦਾ ਆਪਾਂ ਨੂੰ ਰਾਤ ਦੇ 2-3 ਵੱਜ ਗਏ ਤੇ ਸਾਹਮਣੇ ਅਸੀਂ ਅਗਲੇ ਦਿਨ ਸਵੇਰੇ ਸ਼ੂਟ ਕਰਨਾ ਸੀ ਉਹ ਘਰ ਵਾਲੇ ਡਰ ਗਏ ਹਨਾ ਵੀ ਪਤਾ ਨਹੀਂ ਇਹ ਕੀ ਕਰ ਰਹੇ ਨੇ ਪੁਲਿਸ ਦੀਆਂ ਵਰਦੀਆਂ ਪਾਈਆਂ ਹੋਈਆਂ ਨੇ ਤੇ ਉਹਨਾਂ ਨੇ ਜਿਹੜੀ ਗਲੀ ਸੀ ਸਾਰੇ 'ਚ ਰੌਲਾ ਪੈ ਗਿਆ ਵੀ ਆਪਾਂ ਨੇ ਇੱਥੇ ਕੱਲ੍ਹ ਨੂੰ ਸ਼ੂਟ ਨਹੀਂ ਕਰ ਦੇਣਾ ਪਤਾ ਨਹੀਂ ਕੌਣ ਮੁੰਡੇ ਨੇ ਚੋਰੀ ਕਰ ਲੈ ਜਾਣਗੇ ਇੱਦਾਂ ਹੋਜੂਗਾ ਉੱਦਾਂ ਹੋਜੂਗਾ ਜਦੋਂ ਅਸੀਂ ਸਵੇਰੇ ਗਏ ਜਿਹੜੀ ਲੋਕੇਸ਼ਨ ਫਾਈਨਲ ਕਰੀ ਸਾਨੂੰ ਉਹ ਵੀ ਨਹੀਂ ਮਿਲੀ ਹੈਗੀ ਫਿਰ ਅਸੀਂ ਹੋਰ ਲੋਕੇਸ਼ਨ ਲੱਭੀ ਜਿਹੜੇ ਮੈਂ ਅੰਕਲ ਦੀ ਗੱਲ ਕਰਦਾ ਮੰਗਾ ਅੰਕਲ ਨੇ ਉਹ ਦੇਖ ਲਓ ਵੀ ਉਹਨਾਂ ਨੂੰ ਇੰਨਾ ਉਹ ਸੀਗਾ ਵੀ ਮੁੰਡੇ ਕੋਈ ਘੈਂਟ ਕੰਮ ਕਰ ਰਹੇ ਨੇ ਹਨਾ ਵਧੀਆ ਚੀਜ਼ ਲੈ ਕੇ ਆ ਰਹੇ ਨੇ ਸਾਡੀ ਉਹ ਪਿੰਡ ਦੇ ਵਿਰੁੱਧ ਹੋ ਗਏ ਸਾਡੇ ਨਾਲ ਖੜ ਗਏ ਕਹਿੰਦੇ ਵੀ ਮੇਰੇ ਘਰੇ ਆਣਗੇ ਕੋਈ ਨਹੀਂ ਰੋਕ ਸਕਦਾ ਮੈਂ ਤੁਹਾਡੇ ਨਾਲ ਖੜਾਂ ਤੇ ਮਤਲਬ ਇੰਨਾ ਕੁ ਪਿਆਰ ਮਿਲਿਆ ਤੇ ਸਾਥ ਦਿੱਤਾ ਲੋਕਾਂ ਨੇ ਜਦੋਂ ਚੀਜ਼ ਚੰਗੀ ਕਰ ਰਹੇ ਸੀ ਤਾਂ ਲੋਕਾਂ ਵੱਲੋਂ ਇੱਕ ਤਾਂ ਨਹੀਂ ਆ ਹਾਂਜੀ ਹਾਂਜੀ ਵੀਰੇ ਬਿਲਕੁਲ ਜੀ ਆਪਾਂ ਮੂਵੀ ਦੀ ਬਹੁਤ ਗੱਲ ਕਰ ਲਈ ਹਨਾ ਚਲੋ ਮੂਵੀ ਬਣਾਉਣ 'ਚ ਦਿੱਕਤਾਂ ਵੀ ਬਹੁਤ ਆਉਂਦੀਆਂ ਨੇ ਪਰ ਜੇ ਸੈੱਟ ਤੇ ਗੱਲ ਕਰੀਏ ਸੈੱਟ ਤੇ ਹਾਸੇ ਮਖੌਲ ਵੀ ਬਹੁਤ ਹੁੰਦੇ ਹੋਣੇ ਫਿਰ ਹਾਂਜੀ ਹਾਂਜੀ ਵੀਰੇ ਤੁਹਾਨੂੰ ਪਤਾ ਹੀ ਆ ਹਾਸੇ ਮਜ਼ਾਕ ਬਹੁਤ ਹਨਾ ਮੂਹਰੇ ਇੰਜਣ ਲੱਗਿਆ ਹੁੰਦਾ ਪਿੱਛੇ ਉਹ ਘੜੁੱਕੇ ਤੁਹਾਡੇ ਵਾਲੇ ਪਾਸੇ ਕਾਫੀ ਨੇ ਸਾਡੇ ਇੱਧਰ ਘੱਟ ਨੇ ਹਨਾ ਜਾਂ ਉਹ ਭੂੰਡ ਭੂੰਡ ਹੁੰਦੇ ਸੀ ਪਹਿਲਾਂ ਸਵਾਰੀਆਂ ਵਾਲੇ ਸਾਨੂੰ ਉਹ ਚਾਹੀਦਾ ਸੀ ਤੇ ਸਾਨੇ ਪਤਾ ਪਤਾ ਕੀਤਾ ਵੀ ਸਾਨੂੰ ਸਮਾਣੇ ਕੋਲ ਇੱਕ ਮੁੰਡੇ ਨੇ ਕਿਹਾ ਵੀ ਹਾਂ ਆ ਜਾਓ ਆਪਾਂ ਨੂੰ ਉਹ ਚੀਜ਼ ਮਿਲ ਗਈ ਉਹ ਘੜੁੱਕਾ ਕਹਿ ਲਓ ਜਾਂ ਭੂੰਡ ਕਹਿ ਲਓ ਟੈਂਪੂ ਕਹਿ ਲਓ ਕੁਛ ਵੀ ਤੇ ਅਸੀਂ ਬਈ ਗਏ ਉਹ ਕਹਿੰਦਾ ਆ ਰਹੇ ਨੇ ਵੀ ਅੰਕਲ ਲੈ ਕੇ ਆ ਰਹੇ ਨੇ ਕੋਈ ਬਜ਼ੁਰਗ ਸੀ ਹਨਾ ਲੈ ਕੇ ਆ ਰਹੇ ਨੇ ਅਸੀਂ ਵੀਰੇ 1.5 ਘੰਟਾ ਵੇਟ ਕਰੀ ਗਏ ਨਹਿਰ ਤੇ ਖੜੇ ਇੱਧਰੋਂ ਮਤਲਬ ਲਾਈਟ ਆਫ ਹੋਈ ਜਾਵੇ ਸਾਨੂੰ ਐਂ ਵੀ ਯਾਰ ਲਾਈਟ ਜਾ ਰਹੀ ਹੈ ਜਲਦੀ ਕਰੋ ਜਦੋਂ ਅੰਕਲ ਆਏ ਅਸੀਂ ਕਿਹਾ ਵੀ ਦਮਾਦਮ ਆਪਣਾ ਜਗਮੀਤ ਉਹਨਾਂ ਦਾ ਸੀਨ ਸੀ ਜਗਤੇ ਭਗਤੇ ਦਾ ਵੀ ਚਲੋ ਵੀ ਆਪਣਾ ਡਰੈਸ ਪਾਓ ਤੇ ਰੈਡੀ ਹੋ ਜਾਓ ਇਹਨਾਂ ਨੂੰ ਉਹ 'ਚ ਬਿਠਾਤਾ ਤੇ ਹੋਇਆ ਕਿ ਬਿਠਾਤਾ ਉੱਥੇ ਇੱਕ ਡਾਇਲੋਗ ਸੀਗਾ ਮੈਂ ਜਿਹੜਾ ਅੰਕਲ ਲੈ ਕੇ ਆਏ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਬਹਿ ਜਾਓ ਨਾਲ ਤੇ ਇਹਨਾਂ ਦਾ ਡਾਇਲੋਗ ਸੀਗਾ ਬੋਲਣਾ ਸੀ ਵੀ ਉਹ ਪੁਲਿਸ ਵਾਲਾ ਇੱਦਾਂ ਦਾ ਹਰਾਮੀ ਇਹ ਬੋ ਹਨਾ ਐ ਬੋ ਕਿ ਉਹਦੇ ਨਾਲ ਡਾਇਲੋਗ ਸ਼ੁਰੂ ਕੀਤਾ ਸੀ ਕੈਮਰਾ ਔਨ ਕੀਤਾ ਤੇ ਅੰਕਲ ਨੇ ਛਾਲ ਮਾਰੀ ਵਿੱਚੋਂ ਕਹਿੰਦੇ ਯਾਰ ਮੈਂ ਨਹੀਂ ਕਰਦਾ ਤੁਸੀਂ ਫਸਾਓਗੇ ਮੈਂ ਕਿਹਾ ਅੰਕਲ ਕੁਛ ਨਹੀਂ ਹੁੰਦਾ ਵੀ ਕੋਈ ਨਹੀਂ ਤੁਸੀਂ ਰਹਿਣ ਦਿਓ ਨੀਚੇ ਖੜ ਜਾਓ ਤੇ ਵੀ ਤੁਸੀਂ ਚਲਾ ਲਓ ਹਨਾ ਅੰਕਲ ਉਹ ਚਲਾਉਣ ਲੱਗ ਗਏ ਤੇ ਚਲਾਉਣ ਲੱਗ ਗਏ ਅਸੀਂ ਪਿੱਛੇ ਸ਼ੂਟ ਕਰੀ ਜਾਵੇ ਅੰਕਲ ਮਤਲਬ ਡਰ ਗਏ ਮਨ 'ਚ ਉਹਨਾਂ ਦੇ ਐਂ ਹੋ ਗਿਆ ਵੀ ਪੁਲਿਸ ਦੀਆਂ ਗੱਲਾਂ ਕਰ ਰਹੇ ਨੇ ਜਾਂ ਵੀ ਇਹੋ ਜਿਹੀ ਗੱਲਾਂ ਪੁਲਿਸ ਨੂੰ ਗਲਤ ਬੋਲ ਰਹੇ ਨੇ ਪਤਾ ਨਹੀਂ ਕੀ ਹੋਊਗਾ ਉਹ ਟੈਂਪੂ ਹੀ ਭਜਾ ਕੇ ਲੈ ਗਏ ਵੀ ਤੁਸੀਂ ਲਾ ਲਓ ਅਸੀਂ ਅੱਧਾ ਦਿਨ ਵੇਟ ਕਰਿਆ ਪਹਿਲਾਂ ਉਰੇ ਕਰਿਆ ਫਿਰ ਉੱਥੇ ਕਰਿਆ ਵੀ ਸਾਡਾ ਸੀਨ ਤਾਂ ਵੀ ਨਹੀਂ ਹੋਇਆ ਸੀਨ ਲੈਣ ਦੀ ਵਾਰੀ ਹੈ ਟੈਂਪੂ ਹੀ ਲੈ ਗਏ ਟੈਂਪੂ ਹੀ ਭਜਾ ਕੇ ਲੈ ਗਏ ਸਾਡੇ ਬੰਦੇ ਵੀ ਨਹੀਂ ਤਾਰੇ ਬਾਈ ਇਹ ਵੀ ਵਿੱਚੇ ਬੈਠੇ ਰਹੇ ਵੀ ਅੰਕਲ ਰੋਕ ਲਓ ਰੋਕ ਲਓ ਰੋਕ ਲਓ ਰੋਕਿਆ ਨਹੀਂ ਕਾਫੀ ਦੂਰ ਜਾ ਕੇ ਰੋਕਿਆ ਕਹਿੰਦੇ ਮੈਂ ਨਹੀਂ ਕਰਦਾ ਕੁਰਦਾ ਤੁਸੀਂ ਮੇਰਾ ਟੈਂਪੂ ਵੀ ਚਕਾਓਗੇ ਨਾਲੇ ਮੈਨੂੰ ਥਾਣੇ 'ਚ ਫਸਾਓਗੇ ਵੀ ਕਈ ਵਾਰ ਇਹੋ ਜਿਹਾ ਕੁਛ ਵੀ ਹੋ ਜਾਂਦਾ ਛੋੜਤੇ ਹਾਂਜੀ ਦੱਸਦਾ ਵੀਰੇ ਹਰੇਕ ਬੰਦਾ ਡਰਦਾ ਹਰੇਕ ਦੀ ਰੋਟੀ ਆ ਵੀਰੇ ਬਾਕੀ ਪੁਲਿਸ ਦੇ ਨਾਂ ਤੋਂ ਤਾਂ ਆਪਣੇ ਲੋਕ ਉਹ ਵੀ ਡਰ ਜਾਂਦੇ ਹੈਗੇ ਕਾਮਨ ਗੱਲ ਆ ਨਾਲੇ ਵੀਰੇ ਜਦੋਂ ਐਡਾ ਵੱਡਾ ਡਰ ਫੈਲਿਆ ਹੋਵੇ ਕਿਉਂਕਿ ਵੀਰੇ ਉਹ ਕੋਈ ਜਿਹੜੇ ਵੀ ਕੋਈ ਇੱਕ ਬੰਦਾ ਵੀ ਜਿਹੜਾ ਵੀ 84 ਦੇ ਵਿੱਚ ਸ਼ਹੀਦ ਹੋਇਆ ਉਹ ਕੋਈ ਆਮ ਨਹੀਂ ਸੀ ਜਿਹਨੇ ਆਪਦਾ ਸਾਰਾ ਕੁਛ ਹੀ ਕੌਮ ਦੇ ਲੇਖੇ ਲਾਤਾ ਕੌਮਾਂ ਲਈ ਲੜਨ ਵਾਲੇ ਬੰਦੇ ਕਦੇ ਵੀ ਗਲਤ ਨਹੀਂ ਹੁੰਦੇ ਉਹ ਹਮੇਸ਼ਾ ਸਹੀ ਹੁੰਦੇ ਵੀਰੇ ਇਸ 'ਚ ਆਪਾਂ ਪੁਲਿਸ ਦੀ ਗੱਲ ਕਰੀਏ ਨਾ ਸਾਰੇ ਇੱਕ ਸਾਰ ਨਹੀਂ ਹੁੰਦੇ ਹੈਗੇ ਦੇਖੋ ਉਸ ਟਾਈਮ ਵੀ ਕੁਛ ਚੰਗੇ ਸੀਗੇ ਕੁਛ ਮਾੜੇ ਸੀ ਹਨਾ ਹੁਣ ਵੀ ਕੁਛ ਚੰਗੇ ਨੇ ਕੁਛ ਮਾੜੇ ਨੇ ਕਿਉਂਕਿ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਇਸ ਕਰਕੇ ਵੀ ਆਪਾਂ ਜਿਹੜੀ ਮਾੜੇ ਮਾੜੇ ਨੇ ਮਾੜਿਆਂ ਨੂੰ ਮਾੜਾ ਹੀ ਕਿਹਾ ਜਾਂਦਾ ਚੰਗਿਆਂ ਨੂੰ ਚੰਗਾ ਕਿਹਾ ਜਾਂਦਾ ਜੀ
बैठ इतो खुरली चो संगल चक लिया मास्टर जी मेरे पैर च बनता क्या तेरी फोटो कर दा क्या देख बहुत वधिया आई सेम आई है ना जिवें भगत सिंह की एक हैगी किताब जी फट रहे ने ना कि एक तुहाडे वांगू वीर अपना इंटरव्यू लै रहा वो सेम सी है ना ते फिर मास्टर जी असी रातों रात नूं बह के चला बनाई कंसैप्ट वधिया इन्हें पोस्ट पाती सी जी अच्छा मास्टर जी खिंचे इन्हें पोस्ट पाती अगलिया ने जिन्हें कमेंट करे मैं लगता 200+ कमेंट आए थे भाई कद आ रहा है वैसे लिख के ना जगता भगता पोस्ट बना के नीचे कमिंग सून लिखता मासड़ जी बहुत बहुत थोड़ा धन्नवाद बाई होना दा जिंदगी दी यूट्यूब ते फेसबुक ते चैनल भरावां दा सारे जने सपोर्ट करो ते बाई दा राम सिद्धू ब्लॉग्स है ना इधर भी खिच दो काम जेड़े अपने मित्र ने सारे अपन सपोर्ट करदे ने ते भरावां नु भी बाकी बाई होरां दी इन्ना सारे दी सीरीज आ रही है इन्ना नु भी बाई होरां नु भी सपोर्ट करयो क्योंकि सपोर्ट नाल ए हुंदा अगे बंदा होर काम करन जोगा हो जांदा सही गल्ल है अंकल जी साडे तो दी अंकल जी ते वीर जी भी पहुंचे ने जिन्हां नु अज स्पेशल गिफ्ट करी आ गड्डी इंटरव्यू बाकी सारी गलबात हो गई सी डन तो पूरा सुवाद आया सारे बइया का इन्ना कैंट सुभा सी पूरे खुल के गल् करिया तो बाकी सीरीज आ रही है यार तुमने सीरीज में जरूर प्यार देना मैनू परसनली ट्रेलर इन्ना ज्यादा सोहना लग्या है ना कि एक सिंपल है ना कि जिन्ना ना कोई एक्टिंग ना पुराना कोई बहुत आ नहीं है ना कोई बड़े एक्टर नहीं इन्नी सोहनी एडिटिंग इन्नी सोहनी है ना वीडियो बनाई कि एक्टिंग करी है ना कि कुल चीज़ बा कमाल है ना यार इन्नी सोहनी तो ट्रेलर जरूर देखियो तो 7 तरीक पहला एपीसोड रिलीज़ हो रहा है ते तुसी जरूर देखियो ते बाकी लो नज़ारे ते आपां मिलदे सानू किसे होर ब्लॉग दे विच ते राम सिद्धू वालों प्यार भी सत श्री अकाल।